ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਨਾਨਕ ਮਹਾਰਾਜ ਜੀਓ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਸੰਗਰਾਂਦ ਮਾਘ ਦੇ ਸੁੰਦਰ ਉਪਦੇਸ਼ ਬਖਸ਼ੋ ਮਹਾਰਾਜ ਜੀਓ। ਮਾਘ ਮਜਨ ਸੰਗ ਸਾਧੂਆ, ਤੂਰੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਸਵਨਾ ਨੌ ਕਰ ਦਾਨ। ਮਾਘ ਮਜਨ ਸੰਗ ਸਾਧੂਆ, ਤੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਸਵਨਾ ਨੌ ਕਰ ਦਾਨ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨਾ ਮੋਹੀਐ, ਬਿਨਸੈ ਲੋਭ ਸੁਆਨ। ਸੱਚੈ ਮਾਰਗ ਚਲਦਿਆਂ, ਉਸਤਤ ਕਰੇ ਜਹਾਨ, 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ। ਜਿਸਨੂੰ ਦੇਵੈ ਦਇਆ ਕਰ, ਸੋਈ ਪੁਰਖ ਸੁਜਾਨ, ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਮਾਘ ਸੁੱਚੇ ਸੇ ਕਾਂਢੀ ਹੈ, ਜਿਨ ਪੂਰਾ ਗੁਰ ਮਿਹਰਬਾਨ, ਜਿਨ ਪੂਰਾ ਗੁਰ ਮਿਹਰਬਾਨ। ਧੰਨ ਗੁਰੂ ਨਾਨਕ ਮਹਾਰਾਜ ਜੀਓ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੰਗਰਾਂਦ ਮਾਘ ਦੇ ਉਪਦੇਸ਼ ਦੇ ਪਦ ਅਰਥ ਕੁਛ ਇਸ ਪ੍ਰਕਾਰ ਹਨ। ਵਾਹਿਗੁਰੂ 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 ਮਹਾਰਾਜ ਜੀਓ। ਮਾਘ ਨਖੱਤਰ ਵਾਲੀ ਪੂਰਨਮਾਸ਼ੀ ਦੇ ਮਹੀਨੇ ਨੂੰ ਇੱਥੇ ਦੱਸਿਆ ਗਿਆ ਹੈ। ਮਾਘ ਮਹੀਨੇ ਵਿੱਚ, ਯਾਨੀ ਇਸ ਮਹੀਨੇ ਦਾ ਪਹਿਲਾ ਦਿਨ, ਯਾਨੀ ਇਹ ਮਹੀਨਾ ਜੇ ਆਪਾਂ ਹਿੰਦੂ ਸ਼ਾਸਤਰਾਂ ਦੇ ਅਨੁਸਾਰ, ਇਹ ਮਹੀਨਾ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਹਿੰਦੂ ਸੱਜਣਾ ਮਾਘੀ ਵਾਲੇ ਦਿਨ ਪ੍ਰਯਾਗ ਤੀਰਥ 'ਤੇ ਇਸ਼ਨਾਨ ਕਰਦੇ ਹਨ, ਕੋਈ ਕੁਰੂਕਸ਼ੇਤਰ ਬ੍ਰਹਮ ਸਰੋਵਰ ਇਸ਼ਨਾਨ ਕਰਦਾ ਹੈ, ਅਤੇ ਇਸ ਤਰ੍ਹਾਂ ਉਹ ਇਸ਼ਨਾਨ ਕਰਕੇ ਇਸ ਚੀਜ਼ ਨੂੰ ਪੁੰਨ ਸਮਝਦੇ ਹਨ। ਇਸ ਕਰਕੇ ਮਾਘ ਮਹੀਨੇ ਵਿੱਚ ਗੁਰੂ ਨਾਨਕ ਮਹਾਰਾਜ ਨੇ ਵੀ ਇਸੇ ਤਰ੍ਹਾਂ ਸਾਨੂੰ ਉਪਦੇਸ਼ ਦਿੱਤਾ ਹੈ ਕਿ ਮਾਘ ਮਜਨ ਸੰਗ ਸਾਧੂਆ, ਤੂਰੀ ਕਰ ਇਸ਼ਨਾਨ। ਮਾਘ ਮਜਨ ਵਿੱਚ, ਮਾਘ ਮਹੀਨੇ ਵਿੱਚ ਕੋਈ ਵੀ ਦਾਨ ਕੀਤਾ ਹੋਇਆ, ਕੋਈ ਵੀ ਚਾਹੇ ਇੱਕ ਪਾਠ ਕੀਤਾ ਤਾਂ ਉਸਦਾ 10 ਗੁਣਾ ਫਲ ਆਪ ਜੀ ਨੂੰ ਮਿਲੇਗਾ। ਇਹ ਮਹੀਨਾ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਸੋ ਵੱਧ ਤੋਂ ਵੱਧ ਇਸ ਮਹੀਨੇ ਤੁਸੀਂ ਗੁਰਬਾਣੀ ਪੜ੍ਹੋ ਔਰ ਆਪਣਾ ਜੀਵਨ ਸਫਲਾ ਕਰੋ। ਮਜਨ ਮਜਨ ਯਾਨੀ ਚੁੱਭੀ, ਦਾਨ ਦਾਨ ਯਾਨੀ ਨਾਮ ਦਾ ਦਾਨ, ਜਨਮ ਮਰਨ ਮੁੱਲ, ਕਈ ਜਨਮਾਂ ਦੇ ਕੀਤੇ ਕਰਮਾਂ ਤੋਂ ਪੈਦਾ ਹੋਈ ਵਿਕਾਰਾਂ ਦੀ ਮੈਲ, ਗੁਮਾਨ ਅਤੇ ਹੰਕਾਰ ਨੂੰ ਵੀ ਆਖਿਆ ਗਿਆ ਹੈ। ਕਾਮ ਯਾਨੀ ਕਾਮ ਵਿੱਚ, ਕ੍ਰੋਧ ਕ੍ਰੋਧ ਵਿੱਚ ਮੋਹੀ ਹੈ,
ਜਾਣੀ ਕਿ ਠੱਗੇ ਜਾਂਦੇ ਹਨ। ਸਵਾਨ ਸਵਾਨ ਇੱਥੇ ਕੁੱਤਾ ਮਤਲਬ ਦਰਵੇਸ਼ ਕੁੱਤੇ ਨੂੰ ਇਸ਼ਾਰਾ ਹੈ। ਮਾਰਗ ਯਾਨੀ ਰਸਤੇ ਉੱਤੇ। ਉਸਤਤ ਸੋਭਾ। 68 ਯਾਨੀ 68। ਪ੍ਰਵਾਨ ਯਾਨੀ ਮੰਨਿਆ ਪਰਮੰਨਿਆ, ਧਾਰਮਿਕ ਕੰਮ ਵਿੱਚ ਪਰਮੰਨਿਆ। ਕਰ ਮਾਤਰਾ ਜਿਹੜੀ ਹੈ ਅੰਦਰ ਨੂੰ ਹੈ, ਯਾਨੀ ਕਰਕੇ। ਸੁਜਾਨ ਯਾਨੀ ਸਿਆਣਾ। ਕਾਂਡੀ ਹੈ ਆਖੇ ਜਾਂਦੇ ਹਨ। ਇਹ ਤਾਂ ਸੀਗੇ ਸੁੰਦਰ ਉਪਦੇਸ਼ ਦੇ ਪਦ ਅਰਥ। ਆਓ ਹੁਣ ਇਸ ਦੇ ਅਰਥ ਸਰਵਣ ਕਰੀਏ। ਵਾਹਿਗੁਰੂ 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 ਜੀਓ। ਮਾਘ ਵਿੱਚ ਯਾਨੀ ਕਿ ਇਸ ਮਹੀਨੇ ਵਿੱਚ ਗੁਰਮੁਖ ਦੀ ਸੰਗਤ ਵਿੱਚ ਬੈਠੇ ਅਤੇ ਨਾਮ ਜਪੇ, ਇਹੀ ਤੀਰਥ ਹੈ, ਇਹੀ ਇਸ਼ਨਾਨ ਹੈ। ਉਹਨਾਂ ਦੀ ਚਰਨ ਧੂੜ ਵਿੱਚ ਇਸ਼ਨਾਨ ਕਰ, ਨਿਮਰਤਾ ਭਾਵ ਨਾਲ ਗੁਰਮੁਖਾਂ ਦੀ ਸੰਗਤ ਕਰ। ਉੱਥੇ ਪਰਮਾਤਮਾ ਦਾ ਨਾਮ ਜਪ, ਪਰਮਾਤਮਾ ਦੀ ਸਿਫਤ ਸਲਾਹ ਸੁਣ, ਹੋਰ ਸਭਨਾਂ ਨੂੰ ਇਹ ਨਾਮ ਦੀ ਦਾਤ ਵੰਡ। ਇਸ ਤਰ੍ਹਾਂ ਕਈ ਜਨਮਾਂ ਦੇ ਕੀਤੇ ਕਰਮਾਂ ਤੋਂ ਪੈਦਾ ਹੋਈ ਵਿਕਾਰਾਂ ਦੀ ਮੈਲ ਤੇਰੇ ਮਨ ਤੋਂ ਲੈ ਜਾਏਗੀ, ਤੇਰੇ ਮਨ ਵਿੱਚੋਂ ਹੰਕਾਰ ਦੂਰ ਹੋ ਜਾਏਗਾ। ਸਿਮਰਨ ਦੀ ਬਰਕਤ ਨਾਲ ਕਾਮ ਵਿੱਚ ਕ੍ਰੋਧ ਵਿੱਚ ਨਹੀਂ ਫਸੀਦਾ, ਲੋਭ ਕੁੱਤਾ ਵੀ ਮੁੱਕ ਜਾਂਦਾ ਹੈ। ਲੋਭ ਜਿਸ ਦੇ ਅਸਰ ਹੇਠ ਮਨੁੱਖ ਕੁੱਤੇ ਵਾਂਗ ਦਰ ਦਰ 'ਤੇ ਭਟਕਦਾ ਹੈ, ਇਸ ਸੱਚੇ ਰਸਤੇ ਉੱਤੇ ਤੁਰਿਆ ਜਗਤ ਦੀ ਸੋਭਾ ਕਰਦਾ ਹੈ। 68 ਤੀਰਥਾਂ ਦਾ ਇਸ਼ਨਾਨ, ਸਾਰੇ ਪੁੰਨ ਕਰਮ, ਜੀਵਾਂ ਉੱਤੇ ਦਇਆ ਕਰਨੀ, ਜੋ ਧਾਰਮਿਕ ਕੰਮ ਮੰਨੀ ਗਈ ਹੈ, ਇਹ ਸ਼ੁਭ ਸਿਮਰਨ ਦੇ ਵਿੱਚ ਹੀ ਆ ਜਾਂਦਾ ਹੈ। ਪਰਮਾਤਮਾ ਕਿਰਪਾ ਕਰਕੇ ਜਿਸ ਮਨੁੱਖ ਨੂੰ ਸਿਮਰਨ ਦੀ ਦਾਤ ਦਿੰਦਾ ਹੈ, ਉਹ ਮਨੁੱਖ ਜ਼ਿੰਦਗੀ ਦੇ ਸਹੀ ਰਸਤੇ ਦੀ ਪਛਾਣ ਵਾਲਾ ਸਿਆਣਾ ਹੋ ਜਾਂਦਾ ਹੈ। ਹੇ ਨਾਨਕ, ਜਿਨ੍ਹਾਂ ਨੂੰ ਪਿਆਰਾ ਪ੍ਰਭੂ ਮਿਲ ਪਿਆ ਹੈ, ਮੈਂ ਉਹਨਾਂ ਤੋਂ ਸਦਕੇ ਹਾਂ। ਮਾਘ ਮਹੀਨੇ ਵਿੱਚ ਸਿਰਫ ਉਹੀ ਸੁੱਚੇ ਬੰਦੇ ਆਖੇ ਜਾਂਦੇ ਹਨ ਜਿਨ੍ਹਾਂ ਉੱਤੇ ਪੂਰਾ ਸਤਿਗੁਰ ਦਇਆਵਾਨ ਹੁੰਦਾ ਹੈ ਅਤੇ ਜਿਨ੍ਹਾਂ ਨੂੰ ਸਿਮਰਨ ਦੀ ਦਾਤ ਦਿੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸੀ ਮਾਘ ਮਹੀਨੇ ਦੇ ਪਦ ਅਰਥ ਅਤੇ ਅਰਥ ਵਿਚਾਰ। ਧੰਨ ਗੁਰੂ ਨਾਨਕ ਮਹਾਰਾਜ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਜੀਵਨ ਵਿੱਚ ਖੁਸ਼ੀਆਂ ਲੈ ਕੇ ਆਉਣ, ਬਿਮਾਰੀ ਰੋਗ ਸੋਗ ਦੁੱਖ ਤੋਂ ਬਚਾ ਕੇ ਆਪ ਜੀ ਨੂੰ ਆਪ ਦੇ ਚਰਨਾਂ ਦੀ ਪ੍ਰੀਤ ਬਖਸ਼ਣ ਅਤੇ ਆਪ ਵੱਧ ਤੋਂ ਵੱਧ ਗੁਰਬਾਣੀ ਕੀਰਤਨ ਨਾਲ ਜੁੜੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਅਤੇ ਜੇ ਆਪ ਨੂੰ ਇਹ ਉਪਦੇਸ਼ ਸੁੰਦਰ ਲੱਗਿਆ ਤਾਂ ਆਪ ਆਪਣੇ ਦੋਸਤਾਂ ਨਾਲ ਸ਼ੇਅਰ ਵੀ ਕਰੋ। ਮਹਾਰਾਜ
ਆਪ ਜੀ ਦੇ ਸਿਰ ਦੇ ਉੱਤੇ ਸਦਾ ਹੀ ਮਿਹਰ ਅਤੇ ਰਹਿਮਤ ਵਾਲਾ ਹੱਥ ਰੱਖਣ। ਵਾਹਿਗੁਰੂ 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 ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।